ਸਿੱਖਾ ਸਬ ਤਹਿਸੀਲ ਦੇ ਵਸੀਕਾ ਨਵੀਸ਼ ਰਮੇਸ਼ ਕੁਮਾਰ ਸੋਢੀ, ਉਹਨਾਂ ਦੀ ਪਤਨੀ ਅਤੇ ਸਾਥੀਆਂ ਨੇ ਇੱਕ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਬੇਨਤੀ ਕਰਦਾ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਪ੍ਰਾਣਨਾਥ ਅਤੇ ਉਸਦੇ ਸਾਥੀਆਂ ਵੱਲੋਂ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਬੀਤੀ ਕੱਲ੍ਹ ਇਹ ਮੈਨੂੰ ਕਾਰ ਵਿੱਚ ਚੁੱਕ ਕੇ ਕਿਸੇ ਕੋਠੀ 'ਚ ਲੈ ਗਏ ਜਿੱਥੇ ਇਹਨਾਂ ਨੇ ਮੇਰੇ ਕੋਲੋਂ ਕੈਸ਼ ਖੋਲਿਆ ਅਤੇ ਕੁੱਟਮਾਰ ਵੀ ਕੀਤੀ ਅਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਹਨਾਂ ਕੋਲੋਂ ਜਾਣ ਦਾ ਖਤਰਾ ਹੈ। ਪੱਤਰਕਾਰ ਵੱਲੋਂ ਕਾਰਨ ਪੁੱਛੇ ਜਾਣ ਤੇ ਉਹਨਾਂ ਦੱਸਿਆ ਕਿ ਮੈਂ ਅਕਾਲੀਆਂ ਦੀ ਸ਼ੁਰੂ ਤੋਂ ਹੀ ਮਦਦ ਕਰਦਾ ਆਇਆ ਹਾਂ ਅਤੇ ਇਹ ਸਾਰੇ ਕਾਂਗਰਸੀ ਹਨ ਅਤੇ ਮੈਨੂੰ ਸਾਬਕਾ ਚੇਅਰਮੈਨ ਰਜਿੰਦਰ ਕੁਮਾਰ ਪੱਪੂ ਜੈਤੀਪੁਰ ਦਾ ਸਾਰਾ ਰਿਕਾਰਡ ਕਢਾਉਣ ਲਈ ਦਬਾਅ ਪਾ ਰਹੇ ਹਨ। ਮੈਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਹਾਂ ਕਿ ਮੇਰੇ ਅਤੇ ਮੇਰੇ ਪਰਿਵਾਰ ਨੂੰ ਇਹਨਾਂ ਕੋਲੋਂ ਬਚਾਇਆ ਜਾਵੇ, ਨਹੀਂ ਤਾਂ ਮੈਂ ਆਤਮ ਹੱਤਿਆ ਕਰਨ ਲਈ ਮਜਬੂਰ ਹੋਵਾਂਗਾ, ਜਿਸ ਦੀ ਜ਼ਿੰਮੇਵਾਰ ਪ੍ਰਾਣਨਾਥ ਅਤੇ ਉਸਦੇ ਸਾਥੀ ਅਤੇ ਪੰਜਾਬ ਸਰਕਾਰ ਹੋਵੇਗੀ। ਉਹਨਾਂ ਕਿਹਾ ਕਿ ਇਸ ਸਾਰੇ ਕੇਸ ਪਿੱਛੇ ਕਾਂਗਰਸ ਦੇ ਲੀਡਰ ਦਾ ਹੱਥ ਹੈ, ਜਿਸ ਦੀ ਸ਼ੈ ਹੋਣ ਕਾਰਨ ਕਾਰਵਾਈ ਨਹੀਂ ਹੋ ਰਹੀ ਅਤੇ ਮੇਰਾ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ। ਮੈਂ ਰਮੇਸ਼ ਕੁਮਾਰ ਸੋਢੀ ਬੇਨਤੀ ਕਰਦਾ ਹਾਂ ਵੀ ਇਹ ਪ੍ਰਾਣਨਾਥ ਗੋਨੀ, ਇਹਦੇ ਨਾਲ ਜਿਹੜੇ ਬੰਦਿਆਂ ਦਾ ਮੈਂ ਨਾਂ ਲਿਖਾ ਚੁੱਕਾ ਸਾਰਿਆਂ ਦਾ, ਇਹ ਵਾਰ ਵਾਰ ਮੈਨੂੰ ਹਰਾਸਮੈਂਟ ਕਰਦੇ, ਧਮਕੀਆਂ ਦਿੰਦੇ ਅਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ। ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇੱਥੋਂ ਜਾਣ ਦਾ ਖਤਰਾ ਵਾ। ਕੱਲ੍ਹ ਇਹਨਾਂ ਮੈਨੂੰ ਚੁੱਕ ਕੇ ਗੱਡੀ 'ਚ ਪਾ ਕੇ ਲੈ ਗਏ ਆ, ਉੱਥੋਂ ਇਹਨਾਂ ਮੈਨੂੰ ਬੜੀ ਮੁਸ਼ਕਲ ਮੈਂ ਜਾਨ ਬਚਾਈ ਆ, ਮੇਰੇ ਇਹਨਾਂ 1,00,000 ਰੁਪਈਆ ਵੀ ਖੋ ਲਿਆ ਵਾ, ਮੇਰੇ ਕਾਗਜ਼ ਵੀ ਸਾਰੇ ਖੋ ਕੇ ਲੈ ਗਏ ਦਸਤਾਵੇਜ਼, ਅਤੇ ਉਹ ਤੋਂ ਬਾਅਦ ਮੈਨੂੰ ਇਹ ਵਾਰ ਵਾਰ ਕਰੀ ਕਿਸੇ ਦੀ ਕੋਠੀ ਕਰੀ, ਇੱਕ ਵਾਰੀ ਲਾਲੀ ਮਜੀਠੀ ਦੀ ਕੋਠੀ ਲੈ ਗਏ, ਇੱਕ ਵਾਰੀ ਇੱਕ ਪਏ ਦੇ ਉੱਤੇ ਲੈ ਗਏ, ਚਪੇੜਾਂ ਚਪੂੜਾਂ ਮਾਰੀਆਂ, ਪਿੱਛੇ ਵੱਟ ਮਾਰੇ, ਮੇਰੇ ਲੱਕ 'ਚ ਲਾਸ਼ਾਂ ਪਈਆਂ। ਉਹ ਤੋਂ ਬਾਅਦ ਫਿਰ ਤਸੀਲੇ ਲੈ ਆਏ, ਉਹ ਤਾਂ ਮੇਰੀ ਮੂਵੀ ਬਣਾ ਕੇ ਮੈਨੂੰ ਬਾਹਰ ਤੱਕ ਕਥੂ ਨਗਰ ਤਾਂ ਛੱਡ ਕੇ ਗਏ। ਮੈਂ ਇਹਨਾਂ ਨੂੰ ਕਿਹਾ ਮੈਂ ਥਾਣੇ ਜਾਣਾ, ਇਹ ਕਹਿੰਦੇ ਸੀ ਤੈਨੂੰ ਥਾਣੇ ਨਹੀਂ ਵੜਨ ਦੇਣਾ। ਕਿਉਂ ਕਰਦੇ ਪਏ ਤੁਹਾਡਾ ਇਸ ਕਾਰਨ ਦਾ? ਅੱਜ ਤਾਂ ਮੈਨੂੰ ਨਹੀਂ ਪਤਾ, ਮੈਨੂੰ ਬਾਰ ਬਾਰ ਕਹਿੰਦੇ ਮੈਨੂੰ ਬੱਬੂ ਜੀ ਪਲੀਜ਼। ਉਹ ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦੇ ਆ, ਮੈਂ ਅਕਾਲੀਆਂ ਦੀ ਸ਼ੁਰੂ ਤੋਂ ਪਹਿਲਾਂ ਵੀ ਮਦਦ ਕੀਤੀ ਆ, ਬਟਾਲੇ ਵੀ ਮੈਂ ਅਕਾਲੀ ਦਲ 'ਚ ਹਾਂ। ਇਹ ਬੰਦਾ ਬਾਰ ਬਾਰ ਮੈਨੂੰ ਕਹਿੰਦਾ ਮੈਨੂੰ ਚੇਅਰਮੈਨ ਦਾ ਸਾਰਾ ਅੰਦਰੋਂ ਰਿਕਾਰਡ ਕਢਾ ਕੇ ਦੇ, ਚੇਅਰਮੈਨ ਰਜਿੰਦਰ ਕੁਮਾਰ ਪੱਪੂ ਦਾ। ਮੈਂ ਇਹਨੂੰ ਕਹਿੰਦਾ ਵੀ ਉਹਦਾ ਰਿਕਾਰਡ ਜਾ ਕੇ ਉੱਥੋਂ ਤਹਿਸੀਲ ਦੇ ਵਿੱਚੋਂ ਲੈ, ਮੇਰੇ ਕੋਲ ਥੋੜ੍ਹਾ ਵਾ। ਇਹ ਕਹਿੰਦਾ ਨਹੀਂ ਮੈਂ ਤੈਨੂੰ ਮੋਹਰਾ ਬਣਾਉਣਾ ਵਾ, ਮੈਂ ਤੇਰੇ ਕੋਲ, ਮੈਂ ਕਿਹਾ ਮੈਂ ਨਹੀਂ ਆਪਣਾ ਕਿਸੇ ਨਾਲ ਝਗੜਾ ਪਾ ਸਕਦਾ। ਇਹ ਕਹਿੰਦਾ ਨਹੀਂ ਦੇਗਾ ਅਤੇ ਤੈਨੂੰ ਗੋਲੀ ਮਾਰ ਦਾਂਗੇ। ਮੇਰੇ ਘਰ ਵੀ ਸਵੇਰੇ 5 ਵਜੇ ਆ ਜਾਂਦਾ ਸਿਆਲ ਲੈ ਕੇ, ਅਤੇ ਮਜੀਠੇ ਵੀ ਕੱਲ੍ਹ ਮਜੀਠੇ ਕਾਗਜ਼ ਕਿਉਂ ਮੰਗਦੇ ਪਏ ਤੁਹਾਡੇ ਕੋਲ? ਇਹ ਸਰ ਉਹਨੂੰ ਪਤਾ ਕਿਉਂ ਮੰਗਦਾ, ਕੀ ਉਹ ਮੰਗਦਾ ਹੋਏ ਤਾਂ ਸਰ ਮੈਨੂੰ ਡਿਟੇਲ ਨਹੀਂ ਨਾ ਦੱਸਦਾ। ਗੋਲੀ ਮਾਰ ਦੇਣੀ ਆ, ਤੈਨੂੰ ਵੀ ਮਾਰ ਦੇਣੀ, ਤੇਰਾ ਮੁੰਡਾ ਵੀ ਮਾਰ ਦੇਣਾ ਵਾ, ਤੇਰੇ ਨਿਆਣੇ ਵੀ ਮਾਰ ਦੇਣੇ ਆ। ਬੱਚਾ ਮੇਰਾ ਛੋਟਾ ਵਾ, 6ਵੀਂ ਕਲਾਸ ਪੜ੍ਹਦਾ ਸੈਂਟ ਫ੍ਰਾਂਸਿਸ, ਬੇਟੀ ਮੇਰੀ ਬਾਹਰ ਪੜ੍ਹਦੀ ਆ। ਇਹ ਸਮਝੋ ਕਿ ਚੁਣਾਵੀ ਰੰਜਿਸ਼ ਹੈ ਸਰ? ਚੁਣਾਵਾਂ ਦੇ ਵਿੱਚ ਮੈਂ ਹਿੱਸਾ ਹੀ ਨਹੀਂ ਲੈਂਦਾ। ਇਹ ਗੱਲ ਦਾ ਪਤਾ ਹੀ, ਬਾਰ 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 ਇਹਦੇ ਦਿਮਾਗ 'ਚ ਇੱਕ ਭੁਲੇਖਾ, ਪਤਾ ਨਹੀਂ ਕੀ ਆ ਵੀ ਇਹਦੇ ਕੋਲ ਕਿਹੜਾ ਉਹਨਾਂ ਦਾ ਚੀਜ਼ਾਂ ਹੈਗੀਆਂ ਵਾ ਜਿਹੜੀਆਂ ਮੈਨੂੰ ਮਿਲ ਜਾਣ। ਮੇਰੇ ਕੋਲ ਕਦੀ ਕਹਿੰਦਾ ਵਾ ਸਾਡੀ ਪ੍ਰੋਪਰਟੀ ਨੂੰ ਮੇਰੇ ਲਾਲੀ ਆ, ਸਾਰੇ ਪੰਜਾਬ 'ਚ ਪਤਾ ਕਰ ਲਓ ਮੇਰੇ ਨਾਂ 'ਤੇ ਇੱਕ ਮਰਦਾ ਜਗ੍ਹਾ ਨਹੀਂ ਹੈਗੀ। ਇਹਦੇ ਪਿੱਛੇ ਕੌਣ ਹੈਗਾ? ਇਹਦੇ ਪਿੱਛੇ ਕਾਂਗਰਸ ਹੀ ਆ ਜੀ। ਕੌਣ? ਕਿਹਦਾ ਲੀਡਰ? ਇਹਦੇ ਪਿੱਛੇ ਲਾਲੀ ਮਜੀਠੀ ਆ ਜੀ। ਉਹ ਗੁੰਡਾਗਰਦੀ ਕਰਾ ਦੇ? ਨਹੀਂ, ਮੈਂ ਗੁੰਡਾਗਰਦੀ ਕਿਸੇ ਦਾ ਮੈਂ ਗਲਤ ਨਹੀਂ ਕਹਾਂਗਾ, ਉਹ ਉਹਨਾਂ ਦੀ ਸ਼ੈ ਉਹਨਾਂ ਦੀ ਆ, ਉਹਨਾਂ ਤੋਂ ਬਗੈਰ ਕੁਛ ਨਹੀਂ ਹੋ ਰਿਹਾ। ਪੰਜਾਬ ਸਰਕਾਰ ਜ਼ਿੰਮੇਵਾਰ ਹੋਏਗੀ ਜਿਹੜੀ ਇੱਦਾਂ ਦੇ ਕੰਮ ਕਰਾ ਰਹੀ। ਮੈਂ ਇਹੋ ਮੰਗ ਕਰਦਾ ਵੀ ਜੇ ਮੇਰੀ ਸੁਣਾਈ ਮੇਰਾ ਪਰਚਾ ਦਰਜ ਨਾ ਹੋਇਆ ਤੇ ਮੈਂ ਫਿਰ ਖੁਦਕੁਸ਼ੀ ਕਰ ਲੈਣੀ ਆ। ਮੈਂ ਬਾਰ ਬਾਰ ਕੇ ਟੱਚ ਨਹੀਂ ਹੋ ਸਕਦਾ, ਮੈਂ ਬਾਰ ਬਾਰ ਇਹਨਾਂ ਕੋਲ ਟੱਚ ਨਹੀਂ ਹੋ ਸਕਦਾ। ਇਹ ਨਾ ਮੈਨੂੰ ਸੌਣ ਦਿੰਦੇ ਆ, ਨਾ ਮੈਨੂੰ ਬਹਿਣ ਦਿੰਦੇ ਆ, ਰੋਜ਼ ਮੈਨੂੰ ਫੋਨ ਦੇ ਉੱਤੇ ਧਮਕੀਆਂ ਦਿੰਦਾ, ਗਾਲਾਂ ਗੰਦੀਆਂ ਗੰਦੀਆਂ ਕੱਢਦਾ। ਨਹੀਂ ਫਿਰ ਜੇ ਮੇਰੇ ਨਾਲ ਕੋਈ ਤੁਰਨ ਗਏ ਬੰਦੇ ਚੱਕਾ ਜਾਮ ਕਰਨਗੇ ਠੀਕ ਆ, ਮੇਰੇ ਨਾਲ ਮੇਰੀ ਜੂਨੀਅਰ ਤੁਰੇਗੀ ਠੀਕ ਆ, ਨਹੀਂ ਤੁਰੇਗੀ ਤਾਂ ਫਿਰ ਮਰਦਾ ਹੀ ਆ, ਫਿਰ ਆਪਾਂ ਫਿਰ ਮਰੇ ਤਾਂ ਹੈ ਹੀ ਆ। ਅਸੀਂ ਚਾਹੁੰਦੇ ਹਾਂ ਕਿ ਸਾਡੇ 'ਤੇ ਪਰਚਾ ਜੋ ਅਸੀਂ ਕਰ ਰਹੇ ਹਾਂ ਸਾਡਾ ਦਰਜ ਕੀਤਾ ਜਾਏ
ਅਤੇ ਇਹੋ ਜਿਹੇ ਧਮਕੀਆਂ ਤੋਂ ਅਸੀਂ ਡਰਨਾ ਨਹੀਂ ਹੈ। ਇਹੋ ਜਿਹੇ ਧਮਕੀਆਂ ਦੇ ਕੇ ਅਸੀਂ ਡਰ ਗਏ ਅਤੇ ਫਿਰ ਕੱਲ੍ਹ ਨੂੰ ਅਸੀਂ ਕੰਮ ਕਾਜ ਵੀ ਕਰਨਾ, ਸਾਨੂੰ ਰੋਟੀ ਪਾਣੀ ਕੌਣ ਦੇਵਾ ਜੇ ਅਸੀਂ ਆਪਣੇ ਵਸੀਕੇ ਦਾ ਕੰਮ ਛੱਡ ਦਾਂਗੇ। ਅਸੀਂ ਬੜੀ ਦੇਰ ਤੋਂ ਜੇ ਕੋਈ ਇਹਨਾਂ ਸਰਕਾਰ ਨੇ ਕਾਰਵਾਈ ਨਾ ਕੀਤੀ, ਕੱਲ੍ਹ ਆਪਾਂ ਜੂਨੀਅਰ ਲੈਵਲ 'ਤੇ ਵੀ ਹੜਤਾਲ ਕਰਾਵਾਂਗੇ ਅਤੇ ਆਪਾਂ ਸਾਰੇ ਆਪਣੇ ਪਿੰਡਾਂ ਵਾਲੇ ਸੱਜਣ ਵੀਰਾਂ ਨੂੰ ਬੇਨਤੀ ਕਰਕੇ ਹੱਥ ਜੋੜ ਕੇ ਸਰਪੰਚਾਂ ਨੂੰ ਕਹਾਂਗੇ ਵੀ ਸਾਡੇ ਨਾਲ ਚੱਕਾ ਜਾਮ ਕਰੋ, ਜਿਹੜਾ ਸਾਡੀ ਇਨਸਾਫ ਮਿਲੇ, ਕਿਉਂਕਿ ਇਹ ਵਾਰ ਵਾਰ ਬੰਦੇ ਸਾਨੂੰ ਖਤਰਾ ਵਾ, ਇਹਦੇ ਸਾਨੂੰ ਮਾਰ 'ਤੇ ਹੁੰਦੇ ਨਾ ਹੀ ਆ।